ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇਸ ਵੀਡੀਓ ਵਿੱਚ ਆਪ ਜੀ ਦੇ ਨਾਲ ਉਸ ਸੂਰਬੀਰ ਯੋਧੇ ਦੀ ਗੱਲ ਕਰਾਂਗੇ ਜਿਸ ਨੇ ਇੱਕ ਵਾਰ ਤਾਂ ਪੂਰੇ ਕੈਨੇਡਾ ਨੂੰ ਸਾਲ 1914 ਦੇ ਵਿੱਚ ਹਿਲਾ ਕੇ ਰੱਖ ਦਿੱਤਾ ਸੀ ਅਤੇ ਸਾਬਤ ਕਰ ਦਿੱਤਾ ਸੀ ਕਿ ਸਿੱਖ ਜ਼ੁਲਮ ਦਾ ਟਾਕਰਾ ਕਰਦੇ ਰਹਿਣਗੇ ਅਤੇ ਸਿਰ ਚੜੀ ਭਾਜੀ ਨੂੰ ਸਮੇਂ ਸਮੇਂ ਉਤਾਰਦੇ ਰਹਿਣਗੇ ਅਤੇ ਸਿੱਖ ਪੰਥ ਵਿਰੁੱਧ ਮੈਲੀ ਨਜ਼ਰ ਰੱਖਣ ਵਾਲਿਆਂ ਨੂੰ ਧੁਰਦੀ ਗੱਡੀ ਚਾੜਦੇ ਰਹਿਣਗੇ। ਉਹ ਸੂਰਬੀਰ ਯੋਧੇ ਦਾ ਨਾਮ ਹੈ ਸ਼ਹੀਦ ਮੇਵਾ ਸਿੰਘ ਜੀ, ਜਿਨ੍ਹਾਂ ਬਾਰੇ ਬਹੁਤੇ ਸਿੱਖ ਨਹੀਂ ਜਾਣਦੇ। ਅਤੇ ਆਓ ਹੁਣ ਸ਼ੁਰੂ ਕਰੀਏ ਇਹਨਾਂ ਕੀ ਕਾਰਨਾਮਾ ਕਰਕੇ ਦਿਖਾਇਆ ਸੀ ਜਿਸ ਨਾਲ ਪੰਥ ਦੀਆਂ ਸ਼ਾਨਾਂ ਵਿੱਚ ਵਾਧਾ ਹੋਇਆ ਸੀ। ਭਾਰਤੀ ਸਿੱਖਾਂ ਵਿਰੁੱਧ ਕੈਨੇਡਾ ਦੇ ਵਿੱਚ ਇੱਕ ਅਫਸਰ ਜਿਸ ਦਾ ਨਾਮ ਵਿਲੀਅਮ ਹੋਪਕਿੰਸਨ ਸੀ, ਇਹ ਸਿੱਖਾਂ ਵਿਰੁੱਧ ਕੰਮ ਕਰਦਾ ਸੀ ਅਤੇ ਸਿੱਖਾਂ ਦੀ ਹਰ ਹਰਕਤ 'ਤੇ ਸਰਕਾਰ ਦੇ ਨਿਰਦੇਸ਼ਾਂ ਮੁਤਾਬਕ ਨਜ਼ਰ ਰੱਖਦਾ ਸੀ। ਇਹ ਅਫਸਰ ਸਿੱਖਾਂ ਪ੍ਰਤੀ ਬਹੁਤ ਨਫ਼ਰਤ ਰੱਖਦਾ ਸੀ ਅਤੇ ਇਸਨੇ ਬਾਬਾ ਗੁਰਤੇਜ ਸਿੰਘ ਜੀ ਕਾਮਾ ਗਾਟੂ ਮਾਰੂ ਵਾਲਿਆਂ ਸੰਬੰਧੀ ਵੀ ਮਾੜਾ ਵਤੀਰਾ ਵਰਤਿਆ ਸੀ ਅਤੇ ਉਸ ਸਮੇਂ ਤੋਂ ਤਾਂ ਇਸਦੀ ਸਿੱਖਾਂ ਪ੍ਰਤੀ ਨਫ਼ਰਤ ਅਰਸ਼ਾਂ 'ਤੇ ਉਡਾਰੀਆਂ ਮਾਰਨ ਲੱਗ ਪਈ ਸੀ ਅਤੇ ਭਾਰਤੀ ਸਿੱਖਾਂ ਦੇ ਉੱਪਰ ਨਜ਼ਰ ਰੱਖਣ ਵਾਸਤੇ ਇਸ ਦੇ ਦੋ ਟੋਟ ਭਾਵ ਜਾਸੂਸ, ਜਿਨ੍ਹਾਂ ਦਾ ਨਾਮ ਬੇਲਾ ਸਿੰਘ ਅਤੇ ਹਰਨਾਮ ਸਿੰਘ ਸੀ, ਇਸਨੇ ਖਰੀਦੇ ਹੋਏ ਸਨ। ਅਤੇ ਇਹ ਜਾਸੂਸ ਸਿੱਖੀ ਭੇਸ ਦੇ ਵਿੱਚ ਸਿੱਖਾਂ ਦੀ ਮੁਖਬਰੀ ਵਿਲੀਅਮ ਹੋਪਕਿੰਸਨ ਨੂੰ ਦਿੰਦੇ ਸਨ ਅਤੇ ਇਹਨਾਂ ਨੇ ਜਦ ਗਦਰ ਲਹਿਰ ਆਰੰਭ ਹੋਈ ਕੈਨੇਡਾ ਅਤੇ ਅਮੈਰੀਕਾ ਵਿੱਚ, ਇਹਨਾਂ ਨੇ ਉਸ ਸਮੇਂ ਵੀ ਭਾਰਤੀਆਂ ਦੀਆਂ ਖਬਰਾਂ ਹੋਪਕਿੰਸਨ ਨੂੰ ਦਿੱਤੀਆਂ ਸਨ ਅਤੇ 17 ਅਗਸਤ 1914 ਨੂੰ ਹਰਨਾਮ ਸਿੰਘ ਕਿਧਰੇ ਗੁੰਮ ਹੋ ਗਿਆ ਅਤੇ ਉਸਦੀ ਲਾਸ਼ ਪੂਰੇ ਇੱਕ ਮਹੀਨੇ ਬਾਅਦ ਲੱਭੀ। ਅਤੇ ਵਿਲੀਅਮ ਹੋਪਕਿੰਸਨ ਦੇ ਇੱਕ ਹੋਰ ਜਾਸੂਸ ਅਰਜਨ ਸਿੰਘ ਦੇ ਅਚਾਨਕ ਰਾਮ ਸਿੰਘ ਦੀ ਗੋਲੀ ਲੱਗ ਗਈ ਅਤੇ ਉਹ ਵੀ ਮਾਰਿਆ ਗਿਆ ਅਤੇ ਇਸ ਪ੍ਰਕਾਰ ਹੋਪਕਿੰਸਨ ਦੇ ਦੋ ਜਾਸੂਸ ਮਾਰੇ ਗਏ। ਅਤੇ ਜੋ ਅਰਜਨ ਸਿੰਘ ਸੀ, ਇਸ ਦਾ ਸੰਸਕਾਰ 5 ਸਤੰਬਰ 1914 ਈਸਵੀ ਨੂੰ ਕੀਤਾ ਗਿਆ ਸੀ। ਸੰਸਕਾਰ ਸਮੇਂ ਬਹੁਤੇ ਲੋਕ ਸ਼ਾਮਲ ਹੋਏ, ਜਿਸ ਵਿੱਚ ਸਿੱਖ ਅਤੇ ਕੁਝ ਹੋਰ ਭਾਰਤੀ ਧਰਮਾਂ ਦੇ ਲੋਕ ਸ਼ਾਮਲ ਸਨ, ਕਿਉਂਕਿ ਉਹ ਤਾਂ ਇਹ ਸਮਝਦੇ ਸਨ ਕਿ ਇਹ ਸਾਡਾ ਸਿੱਖ ਭਰਾ ਹੈ। ਸਿੰਘਾਂ ਨੂੰ ਕੀ ਪਤਾ ਸੀ ਕਿ ਇਹ ਤਾਂ ਹੋਪਕਿੰਸਨ ਦਾ ਜਾਸੂਸ ਸੀ। ਅਤੇ ਵੈਨਕੂਵਰ ਗੁਰੂ ਘਰ ਵਿੱਚ ਗ੍ਰੰਥੀ ਸਿੰਘ ਮ੍ਰਿਤਕ ਦੀ ਅੰਤਮ ਅਰਦਾਸ ਕਰ ਰਿਹਾ ਸੀ ਅਤੇ ਜਦ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਗੇ ਝੁੱਕ ਕੇ ਮੱਥਾ ਟੇਕਣ ਲੱਗਾ ਤਾਂ ਟੋਟ ਅਤੇ ਗਦਾਰ ਬੇਲਾ ਸਿਉਂ ਨੇ ਹੋਪਕਿੰਸਨ ਦੀ ਸ਼ਹਿ 'ਤੇ ਗ੍ਰੰਥੀ ਸਿੰਘ ਭਾਈ ਭਾਗ ਸਿੰਘ ਭਿੱਖੀ ਬਿੰਡ ਦੀ ਰੀੜ੍ਹ ਦੀ ਹੱਡੀ 'ਤੇ ਦੋ ਗੋਲੀਆਂ ਮਾਰ ਦਿੱਤੀਆਂ ਅਤੇ ਇਸ ਤੋਂ ਬਾਅਦ ਉਸਨੇ ਸੰਗਤ ਉੱਪਰ ਵੀ ਵਿਉਤਬੰਦੀ ਅਨੁਸਾਰ ਗੋਲੀਆਂ ਚਲਾਈਆਂ ਅਤੇ ਇਸ ਦੇ ਨਾਲ ਭਾਗ ਸਿੰਘ, ਬਤਨ ਸਿੰਘ ਅਤੇ ਦਲੇਲ ਸਿੰਘ ਗੋਲੀਆਂ ਦੀ ਤਾਬ ਨਾਲ ਚੱਲਦੇ ਹੋਏ ਉਸੇ ਸਮੇਂ ਹੀ ਸ਼ਹੀਦੀਆਂ ਪਾ ਗਏ ਅਤੇ 10-12 ਸੰਗਤ ਵਿੱਚੋਂ ਸਿੰਘ ਉਸ ਸਮੇਂ ਜ਼ਖਮੀ ਹੋ ਗਏ। ਅਤੇ ਇਹਨਾਂ ਸ਼ਹੀਦੀਆਂ ਦੇ ਨਾਲ ਸਿੱਖਾਂ ਦੇ ਵਿੱਚ ਗੁੱਸੇ ਦੀ ਲਹਿਰ ਦੌੜ ਉੱਠੀ ਅਤੇ ਹੁਣ ਖਾਲਸਾ ਜੀ ਬੇਲਾ ਸਿੰਘ ਇੱਕ ਸਰਕਾਰੀ ਏਜੰਟ ਸੀ ਅਤੇ ਸਿੰਘਾਂ ਨੂੰ ਪਤਾ ਲੱਗ ਗਿਆ ਕਿ ਇਸ ਪਿੱਛੇ ਸਰਕਾਰੀ ਹੱਥ ਹੈ ਅਤੇ ਉਸ ਸਮੇਂ ਸਰਕਾਰ ਨੇ ਹੁਸ਼ਿਆਰੀ ਦਿਖਾਉਂਦਿਆਂ ਹੋਇਆਂ ਬੇਲਾ ਸਿੰਘ ਗ੍ਰਿਫਤਾਰ ਕਰ ਲਿਆ ਅਤੇ ਮੁਕੱਦਮੇ ਦੀ ਤਾਰੀਖ ਨਿਸ਼ਚਿਤ ਕੀਤੀ ਗਈ। ਇਹ ਤਰੀਕ 21 ਅਕਤੂਬਰ 1914 ਰੱਖੀ ਗਈ ਸੀ ਅਤੇ ਇਸ ਤੋਂ ਪਹਿਲਾਂ ਕਿਸੇ ਵੀ ਜਾਸੂਸ ਨੂੰ ਸਜ਼ਾ ਨਹੀਂ ਦਿੱਤੀ ਗਈ ਸੀ। ਇਹ ਤਾਂ ਸਿਰਫ ਇੱਕ ਨਾਟਕ ਹੀ ਸੀ, ਪਰ ਸਿੱਖਾਂ ਨੂੰ ਵਿਸ਼ਵਾਸ ਸੀ ਕਿ ਸਾਨੂੰ ਇਨਸਾਫ ਜ਼ਰੂਰ ਮਿਲੇਗਾ। ਅਤੇ ਉਸ ਸਮੇਂ ਹੋਪਕਿੰਸਨ ਨੇ ਸ਼ਰੇਆਮ ਕਿਹਾ ਕਿ ਉਹ ਬੇਲਾ ਸਿੰਘ ਦੇ ਹੱਕ ਵਿੱਚ ਗਵਾਹੀ ਦੇਵੇਗਾ ਅਤੇ ਇਹ ਸਿੱਧ ਕਰੇਗਾ ਕਿ ਬੇਲਾ ਸਿੰਘ ਨੇ ਸਿਰਫ ਆਪਣੀ ਆਤਮ ਰੱਖਿਆ ਲਈ ਹੀ ਗੋਲੀ ਚਲਾਈ ਸੀ। ਅਤੇ ਉਸ ਸਮੇਂ ਫਿਰ ਗੁਰੂ ਕਾ ਬੱਬਰ ਸ਼ੇਰ ਭਾਈ ਮੇਵਾ ਸਿੰਘ ਮੈਦਾਨ ਦੇ ਵਿੱਚ ਨਿਤਰਿਆ ਅਤੇ ਉਸਨੇ ਪ੍ਰਣ ਕੀਤਾ ਕਿ ਮੈਂ ਹੋਪਕਿੰਸਨ ਨੂੰ ਕਚਹਿਰੀ ਦੇ ਕਟਹਿਰੇ ਦੇ ਵਿੱਚ ਜਾਣ ਤੋਂ ਰੋਕਾਂਗਾ ਅਤੇ ਆਪਣੇ ਭਾਈਆਂ ਦੀ ਸ਼ਹਾਦਤ ਦਾ ਬਦਲਾ ਲਵਾਂਗਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਦਾ ਬਦਲਾ ਲਵਾਂਗਾ। ਅਤੇ ਇਹਨਾਂ ਨੇ ਇਹ ਕਾਰਜ ਕਰਨ ਵਾਸਤੇ ਆਪਣੀ ਸ਼ਹਾਦਤ ਦੇਣ ਦਾ ਵੀ ਫੈਸਲਾ ਕਰ ਲਿਆ ਸੀ। ਭਾਈ ਮੇਵਾ ਸਿੰਘ ਨੂੰ ਇਹ ਸੂਹ ਮਿਲੀ ਸੀ ਕਿ ਗੁਰੂ ਘਰ ਦੀ ਬੇਅਦਬੀ ਅਤੇ ਸਿੰਘਾਂ ਦੀ ਸ਼ਹਾਦਤਾਂ ਦੇ ਮੁੱਖ ਦੋਸ਼ੀ ਬ੍ਰਿਟਿਸ਼ ਕੋਲੰਬੀਆ ਦੇ ਪ੍ਰਧਾਨ ਮੰਤਰੀ ਮੈਲਕਮ ਰੇਡ ਅਤੇ ਹੋਪਕਿੰਸਨ ਨੇ ਅਤੇ ਇਹਨਾਂ ਦੀ ਸ਼ਹਿ 'ਤੇ ਹੀ ਬੇਲਾ ਸਿੰਘ ਨੇ ਗੋਲੀਆਂ ਮਾਰੀਆਂ ਸਨ। ਅਤੇ ਖਾਲਸਾ ਜੀ, ਜਿਸ ਦਿਨ ਬੇਲਾ ਸਿੰਘ ਦੇ ਹੱਕ ਵਿੱਚ ਗਵਾਹੀ ਦੇਣ ਲਈ ਹੋਪਕਿੰਸਨ ਨੇ 21 ਅਕਤੂਬਰ 1914 ਈਸਵੀ ਨੂੰ ਕਚਹਿਰੀ ਵਿੱਚ ਆਉਣਾ ਸੀ, ਉਸੇ ਦਿਨ ਹੀ ਬਹਾਦਰ ਭਾਈ ਮੇਵਾ ਸਿੰਘ ਨੇ ਗੋਰੇ ਅਫਸਰ ਨੂੰ ਯਾਦ ਬੋਚਿਆ ਅਤੇ ਮੇਵਾ ਸਿੰਘ ਨੇ ਆਪਣੇ 32 ਬੋਰ ਦੇ ਪਿਸਤੌਲ ਰਾਹੀਂ ਗੋਲੀਆਂ ਮਾਰ ਕੇ ਪਾਪੀ ਨੂੰ ਗੱਡੀ ਚਾੜ ਦਿੱਤਾ ਸੀ ਅਤੇ ਦੁਸ਼ਟ ਹੋਪਕਿੰਸਨ ਇਸ ਤਰ੍ਹਾਂ ਮਾਰ ਮੁਕਾਇਆ। ਅਤੇ ਜੋ ਇਸ ਦਾ ਟੋਟ ਬੇਲਾ ਸਿੰਘ ਸੀ, ਉਸ ਨੂੰ ਗੋਰੀ ਸਰਕਾਰ ਨੇ ਤਾਂ 1914 ਵਿੱਚ ਹੀ ਬਾ ਇੱਜ਼ਤ ਬਰੀ ਕਰ ਦਿੱਤਾ ਸੀ, ਪਰ ਉਹ ਖਾਲਸੇ ਦੀ ਅਦਾਲਤ ਤੋਂ ਬਰੀ ਨਾ ਹੋ ਸਕਿਆ ਅਤੇ ਪਿੱਛੇ ਉਸ ਨੂੰ ਬੱਬਰ ਅਕਾਲੀਆਂ ਦੇ ਸਿੰਘਾਂ ਵੱਲੋਂ ਸਰਦਾਰ ਹਰੀ ਸਿੰਘ, ਸੰਤ ਇੰਦਰ ਸਿੰਘ
ਅਤੇ ਈਸ਼ਰ ਸਿੰਘ ਨੇ ਸੰਨ 1932 ਦੇ ਵਿੱਚ ਗੱਡੀ ਚਾੜਿਆ ਸੀ ਅਤੇ ਉੱਧਰ ਭਾਈ ਮੇਵਾ ਸਿੰਘ ਨੂੰ ਉਸੇ ਸਮੇਂ ਹੀ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਉਹਨਾਂ ਨੂੰ 11 ਜਨਵਰੀ 1915 ਦੇ ਦਿਨ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ ਅਤੇ ਇਹ ਕਨੇਡਾ ਦੇ ਵਿੱਚ ਪਹਿਲੇ ਸਿੱਖ ਸਨ ਜਿਨ੍ਹਾਂ ਨੂੰ ਫਾਂਸੀ ਦਿੱਤੀ ਗਈ ਸੀ ਅਤੇ ਮੇਵਾ ਸਿੰਘ ਜੀ ਗ੍ਰੰਥੀ ਸਿੰਘ ਸਨ ਅਤੇ ਉਹਨਾਂ ਨੇ ਜੋ ਸ਼ਹਾਦਤ ਤੋਂ ਪਹਿਲਾਂ ਬਿਆਨ ਦਿੱਤੇ ਸਨ ਉਹ ਜ਼ਰੂਰ ਸੁਣਨਾ। ਉਹਨਾਂ ਆਖਿਆ, ਮੇਰਾ ਧਰਮ ਕਿਸੇ ਨਾਲ ਬੈਰ ਵਿਰੋਧ ਨਹੀਂ ਸਿਖਾਉਂਦਾ, ਭਾਵੇਂ ਉਹ ਕਿਸੇ ਵੀ ਧਰਮ ਅਤੇ ਜਾਤ ਜਮਾਤ ਦਾ ਹੋਵੇ। ਨਾ ਹੀ ਮੇਰੀ ਹਾਪਕਿੰਸਨ ਨਾਲ ਕੋਈ ਦੁਸ਼ਮਣੀ ਸੀ। ਮੈਂ ਤਾਂ ਇਹੋ ਸੁਣਿਆ ਸੀ ਕਿ ਉਹ ਮੇਰੇ ਗਰੀਬ ਹਮ ਵਤਨਾਂ ਨੂੰ ਬਹੁਤ ਤੰਗ ਕਰਦਾ ਸੀ ਅਤੇ ਇੱਕ ਸਿੱਖ ਹੋਣ ਦੇ ਨਾਤੇ ਮੈਂ ਇਹ ਸਹਿਣ ਨਹੀਂ ਕਰ ਸਕਦਾ ਕਿ ਉਹ ਮੇਰੇ ਬੇਕਸੂਰ ਹਮ ਵਤਨਾਂ ਨਾਲ ਜਿਆਦਤੀ ਕਰੇ। ਇੱਕ ਸਿੱਖ ਵਾਂਗ ਮੈਂ ਆਪਣਾ ਫਰਜ਼ ਪੂਰਾ ਕਰਦਾ ਹੋਇਆਂ, ਸੱਚੇ ਸਤਿਗੁਰ ਨੂੰ ਯਾਦ ਕਰਦਾ ਹੋਇਆਂ ਉਸੇ ਖੁਸ਼ੀ ਅਤੇ ਆਨੰਦ ਵਿੱਚ ਫਾਂਸੀ ਦੇ ਫੰਦੇ ਵੱਲ ਕਦਮ ਟਿਕਾਵਾਂਗਾ ਜਿਵੇਂ ਭੁੱਖਾ ਬੱਚਾ ਮਾਂ ਦੀ ਗੋਦੀ ਵੱਲ ਵੱਧਦਾ ਹੈ। ਮੈਂ ਖੁਸ਼ੀ ਖੁਸ਼ੀ ਆਪਣੇ ਗਲੇ ਦੁਆਲੇ ਫਾਂਸੀ ਦੇ ਰੱਸੇ ਨੂੰ ਰੱਬੀ ਨਾਮ ਦੀ ਮਾਲਾ ਵਾਂਗ ਗਲੇ ਵਿੱਚ ਪਾ ਲਵਾਂਗਾ ਅਤੇ ਭਾਈ ਮੇਵਾ ਸਿੰਘ ਦੀ ਸ਼ਹਾਦਤ ਵਤਨੋਂ ਬਾਹਰ ਦੇ ਸਿੱਖਾਂ ਲਈ ਇੱਕ ਚਾਨਣ ਮੁਨਾਰਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।